ਅੱਜ ਕੱਲ੍ਹ ਜਿਵੇਂ ਸਾਨੂੰ ਮਰੀਜ਼ਾਂ ਤੋਂ ਪਤਾ ਲੱਗਦਾ ਕਿ ਗਰਮੀ ਵਧਣ ਨਾਲ ਸਾਡੇ ਕੋਲ ਜਿਵੇਂ ਗਰਮੀ ਨਾਲ ਅਫੈਕਟਡ ਮਰੀਜ਼ ਆਉਂਦੇ ਆ ਕਾਫੀ ਸਪੈਸ਼ਲੀ ਬੱਚਿਆਂ ਅਤੇ ਬਜ਼ੁਰਗਾਂ ਨੂੰ ਇਹਦੇ ਨਾਲ ਕਾਫੀ ਫਰਕ ਪੈ ਰਿਹਾ, ਜਿਵੇਂ ਕਿ ਸਕਿਨ ਬਰਨ ਦੀ ਸ਼ਿਕਾਇਤ ਨਾਲ ਸਾਡੇ ਸਪੈਸ਼ਲੀ ਬਜ਼ੁਰਗ ਬੰਦੇ ਆਉਂਦੇ ਹਨ। ਉਹਨਾਂ ਤੋਂ ਬਚਾਅ ਲਈ ਤਾਂ ਅਸੀਂ ਇਹੀ ਉਹਨਾਂ ਨੂੰ ਇਹੀ ਕਹਾਂਗੇ, ਇੱਕ ਤਾਂ ਸਭ ਤੋਂ ਪਹਿਲੇ ਮੇਨ ਗੱਲ ਤਾਂ ਇਹ ਹੈ ਕਿ ਸਵੇਰੇ 10 ਤੋਂ 4 ਵਜੇ ਤੱਕ ਬਾਹਰ ਨਿਕਲਣਾ ਹੀ ਬੰਦ ਕਰਨਾ ਚਾਹੀਦਾ। ਜੇ ਕਿਸੇ ਨੂੰ ਨਹੀਂ ਸਰਦਾ ਘੱਟੋ ਘੱਟ ਐਟਲੀਸਟ ਆਪਣੇ ਬਾਡੀ ਕਵਰ ਜਿੰਨੀ ਕਰ ਸਕਦੇ ਆ, ਫੁੱਲ ਸਲੀਵ ਕੱਪੜੇ ਪਾ ਕੇ ਰੱਖੋ, ਵੱਧ ਤੋਂ ਵੱਧ ਪਾਣੀ ਦਾ ਸੇਵਨ ਕਰੋ ਜਿੰਨਾ ਪੀ ਸਕਦੇ ਹੋ, ਸੋ ਦੈਟ ਤੁਹਾਨੂੰ ਡੀਹਾਈਡਰੇਸ਼ਨ ਨਾ ਹੋਵੇ। ਇਹਨਾਂ ਚੀਜ਼ਾਂ ਦਾ ਬਹੁਤ ਖਿਆਲ ਰੱਖਣਾ ਚਾਹੀਦਾ। ਇਸ ਤੋਂ ਬਿਨਾਂ ਜੇ ਕੋਈ ਸਪੈਸ਼ਲੀ ਜੇ ਕਿਸੇ ਨੂੰ ਕੋਈ ਸਪੈਸ਼ਲੀ ਸਕਿਨ ਦੀ ਕੋਈ ਬਰਨਿੰਗ ਦੀ ਤਕਲੀਫ ਹੁੰਦੀ ਹੈ ਤਾਂ ਤੁਰੰਤ ਉਹਦਾ ਉਪਚਾਰ ਕਰਾਓ, ਜਾਂ ਜੇ ਕਿਸੇ ਨੂੰ ਨਹੀਂ ਸਰਦਾ ਰੋਜ਼ ਸਨਸਕ੍ਰੀਨ ਰੈਗੂਲਰਲੀ ਲਾ ਕੇ ਰੱਖੋ, ਡਾਇਟ ਆਪਣੀ ਸਪੈਸ਼ਲੀ ਲਿਕੁਇਡ ਡਾਇਟ ਮੈਕਸੀਮਮ ਰੱਖੋ। ਸਰ ਖਾਸ ਤੌਰ 'ਤੇ ਉਹ ਲੋਕ ਕਿੰਨਾ ਪ੍ਰਭਾਵਿਤ ਨੇ ਜਿਹਨੂੰ ਪਹਿਲਾਂ ਸਕਿਨ ਦੀ ਪ੍ਰੋਬਲਮ ਹੈ, ਕੋਈ ਸਕਿਨ ਡਿਜ਼ੀਜ਼ ਪਹਿਲਾਂ ਉਹਨਾਂ ਨੂੰ ਹੈ, ਸਕਿਨ ਦੀ ਪ੍ਰੋਬਲਮ ਹੈ, ਕੋਈ ਰੈਸ਼ਸ ਨੇ, ਉਹਨਾਂ ਨੂੰ ਦਿੱਕਤ ਕਿੰਨੀ ਹੁੰਦੀ ਹੈ ਇਸ ਗਰਮੀ ਦੇ ਵਿੱਚ? ਸਪੈਸ਼ਲੀ ਜਿਹੜੇ ਅਸੀਂ ਕਹਿੰਦੇ ਹਾਂ ਫੋਟੋ ਡਰਮੇਟਾਈਟਿਸ ਤੋਂ ਪੀੜਤ ਰੋਗ ਹੈ, ਜਿਨ੍ਹਾਂ ਨੂੰ ਪਹਿਲਾਂ ਹੀ ਸਕਿਨ ਦੀ ਸੈਂਸਿਟੀਵਿਟੀ ਹੈਗੀ ਹੈ, ਲਾਈਕ ਸਕਿਨ ਕਿਸੇ ਕਾਰਨ ਕਰਕੇ ਪਤਲੀ ਹੈ, ਜਾਂ ਵਿਟੀਲੀਗੋ ਦੇ ਪੇਸ਼ੈਂਟ ਹੁੰਦੇ ਹਨ ਸਾਡੇ ਕੋਲ, ਫਿਲਵੈਰੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉਹਨਾਂ ਨੂੰ ਜ਼ਿਆਦਾ ਬਰਨ, ਕਿਉਂਕਿ ਉਹਨਾਂ ਦੇ ਪਹਿਲਾਂ ਹੀ ਸਕਿਨ ਜਿਹੜੀ ਹੈਗੀ ਹੈ ਕਲਰ ਵਾਲੇ ਸੈੱਲ ਨਾ ਹੋਣ ਕਰਕੇ ਪ੍ਰਭਾਵਿਤ ਹੁੰਦੀ ਹੈ, ਉਹਨਾਂ ਨੂੰ ਬਰਨਿੰਗ ਦੇ ਚਾਂਸ ਜ਼ਿਆਦਾ ਰਹਿੰਦੇ ਆ। ਉਹਨਾਂ ਮਰੀਜ਼ਾਂ ਨੂੰ ਅਸੀਂ ਬਹੁਤ ਖਾਸ ਤੌਰ 'ਤੇ ਧਿਆਨ ਰੱਖਣ ਲਈ ਕਹਿੰਦੇ ਹਾਂ। ਸਰ ਜ਼ਿਆਦਾ ਪ੍ਰਭਾਵਿਤ ਕਿਸ ਏਜ਼ ਦੇ ਹੋ ਰਹੇ ਨੇ? ਬੱਚੇ ਹੋ ਰਹੇ ਨੇ, ਬਜ਼ੁਰਗ ਹੋ ਰਹੇ ਨੇ, ਜਾਂ ਮਿਡਲ ਏਜ਼ ਦੇ ਹੋ ਰਹੇ ਨੇ? ਜ਼ਿਆਦਾ ਜਿਹੜੀ OPD ਵਧਣ ਦੇ ਕਾਰਨ ਜਾਂ ਚਾਂਸਸ ਲਾ ਲਈਏ, ਬੱਚਿਆਂ ਦੇ ਨੇ ਜ਼ਿਆਦਾ ਜਾਂ ਬਜ਼ੁਰਗ? ਜ਼ਿਆਦਾ ਪ੍ਰਭਾਵਿਤ ਤੁਸੀਂ ਕਹਿ ਸਕਦੇ ਹੋ, ਜ਼ਿਆਦਾ ਬੱਚੇ ਅਤੇ ਬਜ਼ੁਰਗ ਬੰਦਿਆਂ ਨੂੰ ਜ਼ਿਆਦਾ ਅਫੈਕਟ ਕਰ ਰਹੀ ਹੈ ਗਰਮੀ। ਜੇ ਦੇਸੀ ਭਾਸ਼ਾ ਸਮਝੀਏ, ਬਚਾਅ ਕੀ ਨੇ, ਕਿਸ ਤਰ੍ਹਾਂ ਬੱਚਾ ਜਾ ਸਕਦਾ ਬਿਨਾਂ ਪੈਸੇ ਲਾਇਆ ਤੋਂ? ਬਿਨਾਂ ਪੈਸੇ ਲਾਏ ਤੋਂ ਅਸੀਂ ਕਹਿੰਦੇ ਹਾਂ ਜੀ ਆਪਣੀ ਬਾਡੀ ਪੂਰੀ ਕਵਰ ਕਰਕੇ ਰੱਖਣ, ਜਿਵੇਂ ਕੋਈ ਮੂੰਹ ਸਿਰ ਆਪਣਾ ਕੱਪੜੇ ਸਪੈਸ਼ਲੀ ਕੋਟਨ ਦੇ ਕੱਪੜੇ ਨਾਲ ਢੱਕ ਰੱਖਣ, ਜਿਵੇਂ ਤੁਸੀਂ ਗੱਲ ਕਰ ਰਹੇ ਸੀ ਪੁਰਾਣੇ ਟਾਈਮ 'ਤੇ ਗਿੱਲਾ ਕਰਕੇ ਕੱਪੜਾ ਪਾ ਲੈਂਦੇ ਆਪਾਂ ਮੂੰਹ 'ਤੇ, ਉਹਦੇ ਨਾਲ ਵੀ ਕਾਫੀ ਫਰਕ ਪੈਂਦਾ ਹੈਗਾ, ਤੁਹਾਨੂੰ ਬਰਨਿੰਗ ਦੇ ਚਾਂਸਿਸ ਕਾਫੀ ਘੱਟ ਜਾਂਦੇ ਹੈਗੇ। ਸਰ ਕੀ ਹੋਰ ਬਚਾਅ ਇਸ ਦੇ ਨਾਲ ਨਾਲ ਡਾਇਟ ਦੇ ਵਿੱਚ ਵੀ ਕੁਝ ਚੇਂਜ ਕਰਨਾ ਪੈਣਾ, ਕਿਉਂਕਿ ਗਰਮੀ ਬਹੁਤ ਜ਼ਿਆਦਾ ਵੱਧ ਗਈ ਹੈ? OPD ਬੱਚਿਆਂ ਵਾਲੇ ਪਾਸੇ ਮੈਂ ਗਿਆ ਸੀਗਾ, ਉੱਧਰ ਕਾਫੀ OPD ਅੱਗੇ ਪਹਿਲਾਂ ਦੇ ਮੁਕਾਬਲੇ ਵੱਧ ਗਈ ਹੈ। ਡਾਇਟ 'ਚ ਵੀ ਲਿਕੁਇਡ ਡਾਇਟ ਅਸੀਂ ਸਪੈਸ਼ਲੀ ਨਿੰਬੂ ਪਾਣੀ ਨਮਕ ਵਗੈਰਾ ਪਾ ਕੇ, ਕਿਉਂਕਿ ਨਮਕ ਦੀ ਮਾਤਰਾ ਵੀ ਆਪਣੇ ਬਾਡੀ 'ਚ ਘੱਟ ਜਾਂਦੀ ਹੈਗੀ ਹੈ, ਨਿੰਬੂ ਪਾਣੀ ਵਗੈਰਾ ਜੂਸਿਸ ਜਿੰਨੇ ਵੀ ਬੰਦਾ ਲੈ ਸਕਦਾ ਹੈਗਾ, ਵੱਧ ਤੋਂ ਵੱਧ ਜਿਹੜੇ ਵੀ ਆਪਣੇ ਆਪਣੇ ਹਿਸਾਬ ਕਿਤਾਬ ਨਾਲ, ਸਭ ਤੋਂ ਵੱਧ ਲਿਕੁਇਡ ਡਾਇਟ ਦੇ ਮੇਨ ਰੋਲ ਹੈ ਜੀ ਇਹਦੇ 'ਚ। ਸਰ ਕਰੀਮ ਵਗੈਰਾ, ਕਈ ਵੀ ਲੇਡੀਜ਼ ਸਵਾਲ ਕਰਦੇ ਨੇ ਕਿਸ ਤਰ੍ਹਾਂ ਦੀ ਕਰੀਮ ਵਗੈਰਾ ਇਸਤੇਮਾਲ ਕਰੇ ਜਿਹਦੇ ਨਾਲ ਕੋਈ ਧੁੱਪ ਘੱਟ ਇਫੈਕਟ ਕਰੇ ਜਿਹਦੇ ਨਾਲ? ਉਹਦੇ ਲਈ ਅਸੀਂ ਸਪੈਸ਼ਲੀ ਸਨਸਕ੍ਰੀਨ ਦਿੰਦੇ ਹਾਂ ਜੀ, ਜੇ ਕੋਈ ਸੈਂਸਿਟਿਵ ਸਕਿਨ ਵਾਲੇ ਬੰਦਿਆਂ ਨੂੰ ਕਵਰ ਕਰਨ ਤੋਂ ਬਿਨਾਂ ਸਨਸਕ੍ਰੀਨ, ਉਹਦਾ ਵੀ ਕਾਫੀ ਰੋਲ ਹੈ ਇਹਦੇ 'ਚ, ਸਪੈਸ਼ਲੀ ਮੂੰਹ ਦੀ ਸਕਿਨ ਹੈ ਜਾਂ ਆਪਣੇ ਹੱਥਾਂ ਪੈਰਾਂ ਦੀ ਸਕਿਨ, ਇਹ ਤਾਂ ਬਰਨ ਹੋਣ ਤੋਂ ਬਚ ਜਾਂਦੀ ਹੈ ਜੀ। ਸਰ ਕਿੱਦਾਂ ਵੈਦਰ ਚੇਂਜ ਹੁੰਦਾ? ਫੋਰ ਐਗਜ਼ਾਮਪਲ ਅਸੀਂ AC 'ਚ ਬੈਠੇ, ਕਿੱਦਾਂ ਫੀਲਡ 'ਚ ਨਿਕਲਦੇ, ਧੁੱਪ 'ਚ ਨਿਕਲਦੇ ਹਾਂ, ਉਹ ਕਿੱਦਾਂ ਇੱਕਦਮ ਵੈਦਰ ਚੇਂਜ ਹੁੰਦਾ, ਉਹ ਕਿੰਨਾ ਖਤਰਨਾਕ ਹੈ ਸਕਿਨ ਵਾਸਤੇ, ਖਾਸ ਤੌਰ 'ਤੇ ਇਸ ਤਰ੍ਹਾਂ ਦੀ ਗਰਮੀ 'ਚ? ਕੋਈ ਵੀ ਜਦੋਂ ਕਿਸੇ ਵੀ ਜਦੋਂ ਡਰਾਸਟਿਕ ਟੈਂਪਰੇਚਰ ਚੇਂਜ ਹੁੰਦਾ ਆਪਣਾ, ਉਹਦੇ ਨਾਲ ਫਰਕ ਪੈਂਦਾ ਹੀ ਹੈ ਜੀ। ਜਿਵੇਂ ਇੱਕਦਮ ਤੁਸੀਂ ਠੰਡੇ 'ਚ ਆਰਾਮ ਵਾਲੇ ਮਾਹੌਲ 'ਚ ਬੈਠੇ ਹੋ, ਇੱਕਦਮ ਤੁਹਾਨੂੰ ਫੋਰ ਐਗਜ਼ਾਮਪਲ 20-22 ਦੇ ਟੈਂਪਰੇਚਰ 'ਤੇ ਬੈਠੇ ਹੋ ਤੁਸੀਂ AC 'ਚ, ਅਤੇ ਇੱਕਦਮ ਬਾਹਰ ਦਾ 44 ਦਾ ਆਲਮੋਸਟ 20 ਡਿਗਰੀ ਦਾ ਫਰਕ ਪੈ ਜਾਂਦਾ ਜੀ, ਉਹਦੇ ਨਾਲ ਕਾਫੀ ਬਰਨ ਦੇ ਚਾਂਸ ਕਾਫੀ ਵੱਧ ਜਾਂਦੇ ਹੈਗੇ, ਕਿਉਂਕਿ ਸਕਿਨ ਤੁਹਾਨੂੰ ਅਡੈਪਟ ਨਹੀਂ ਕਰ ਪਾਉਂਦੀ ਨਾ ਟੈਂਪਰੇਚਰ ਨੂੰ।